ਪਿੰਡ ਵਿੱਚ ਫਸੇ ਹੋਏ ਬੱਚਿਆਂ ਨੂੰ ਲੈ ਕੇ ਕੱਲ ਚਰਨਜੀਤ ਸਿੰਘ ਚੰਨੀ ਵੱਲੋਂ ਮੀਟਿੰਗ ਕੀਤੀ ਗਈ। ਕੀ ਰਿਹਾ ਮੀਟਿੰਗ ਦੇ ਵਿੱਚ ਖਾਸ ਗੱਲ ਕਰਾਂਗੇ ਸਾਡਾ ਵਿਰਕਾ ਸਾਹਿਬ ਜੀ ਨੇ। ਸੋ ਵਿਰਕਾ ਸਾਹਿਬ, ਕੱਲ ਮੀਟਿੰਗ ਦੇ ਵਿੱਚ ਕੀ ਖਾਸ ਰਿਹਾ? ਬਈ, ਮੁੱਖ ਮੰਤਰੀ ਜੀ ਨੇ ਰਿਵਿਊ ਮੀਟਿੰਗ ਕੀਤੀ ਹੈ ਔਰ ਅਸੀਂ ਲਗਾਤਾਰ ਗਵਰਨਮੈਂਟ ਆਫ ਇੰਡੀਆ ਦੇ ਕੰਟੈਕਟ ਦੇ ਵਿੱਚ ਹਾਂ ਔਰ ਅਸੀਂ ਸਾਡਾ ਕੰਟਰੋਲ ਰੂਮ ਦਿਨ ਰਾਤ ਇਸੇ ਗੱਲ ਦੇ ਉੱਪਰ ਕੰਮ ਕਰ ਰਿਹਾ, ਕਿਉਂਕਿ ਮੈਡੀਕਲ ਐਜੂਕੇਸ਼ਨ ਦਾ ਮੇਰਾ ਖੁਦ ਦਾ ਡਿਪਾਰਟਮੈਂਟ ਹੈ ਔਰ ਮੈਂ ਕੇਂਦਰ ਦੇ ਮੰਤਰੀਆਂ ਦੇ ਨਾਲ ਰਾਬਤੇ 'ਚ ਹਾਂ ਔਰ ਸਟੂਡੈਂਟ ਜਿਹੜੇ ਉੱਥੇ ਫਸੇ ਹੈ ਉਹਨਾਂ ਦੇ ਨਾਲ ਵੀ ਲਗਾਤਾਰ ਮੈਂ ਗੱਲਬਾਤ ਕਰ ਰਿਹਾ ਹਾਂ। ਹੋਰ 300 ਦੇ ਕਰੀਬ ਜਿਹੜੇ ਬੱਚੇ ਹੈ ਉਹ ਹੀ ਸਾਡੇ ਉੱਥੇ ਫਸੇ, ਬਾਕੀ ਸਾਰੇ ਅਸੀਂ ਰੈਸਕਿਊ ਕਰਨ 'ਚ ਕਾਮਯਾਬ ਹੋ ਗਏ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਬਾਕੀ ਵੀ ਜਿਹੜੇ ਬੱਚੇ ਹੈ ਉਹ ਬੜੀ ਜਲਦੀ ਅਸੀਂ ਲੈ ਕੇ ਆਵਾਂਗੇ ਔਰ ਉਸ ਦੇ ਨਾਲ ਨਾਲ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਬੱਚਿਆਂ ਨੇ ਅੱਧੀਆਂ ਅਧੂਰੀਆਂ ਡਿਗਰੀਆਂ ਛੱਡ ਕੇ ਵਾਪਸ ਆਏ ਹੈ ਉਹਨਾਂ ਦੀ ਪੜ੍ਹਾਈ 'ਤੇ ਅਸਰ ਨਾ ਪਵੇ। ਉਹਨਾਂ ਵਾਸਤੇ ਇੰਡੀਅਨ ਜਿਹੜਾ ਮੈਡੀਕਲ ਕਮਿਸ਼ਨ ਹੈ ਔਰ ਗਵਰਨਮੈਂਟ ਆਫ ਇੰਡੀਆ ਹੈ, ਹੈਲਥ ਡਿਪਾਰਟਮੈਂਟ ਹੈ, ਉਸ ਦੇ ਉੱਪਰ ਕੋਈ ਨੀਤੀ ਤਿਆਰ ਕਰੇ ਤਾਂ ਕਿ ਇਹ ਜਿਹੜੇ ਬੱਚੇ ਹੈ ਇਹਨਾਂ ਨੂੰ ਮੈਡੀਕਲ ਕਾਲਜਾਂ 'ਚ ਦੁਬਾਰਾ ਤੋਂ ਐਡਮਿਸ਼ਨਾਂ ਦੇ ਦਿੱਤੀਆਂ ਜਾਣ ਔਰ ਉਹਨਾਂ ਬੱਚਿਆਂ ਦੀ ਪੜ੍ਹਾਈ ਨੂੰ ਕੰਪਲੀਟ ਕਰਵਾ ਲਿਆ ਜਾਏ। ਅਸੀਂ ਕੋਸ਼ਿਸ਼ ਕਰਾਂਗੇ ਇਸ ਗੱਲ ਵਾਸਤੇ ਕਿ ਅਸੀਂ ਗਵਰਨਮੈਂਟ ਆਫ ਇੰਡੀਆ ਦੇ ਕੋਲੋਂ ਜਲਦੀ ਫੈਸਲਾ ਕਰਾ ਕੇ ਇਹਨਾਂ ਬੱਚਿਆਂ ਦੀ ਪੜ੍ਹਾਈ ਨੂੰ ਦੁਬਾਰਾ ਤੋਂ ਇੱਥੇ ਸ਼ੁਰੂ ਕਰਾਂ। ਵਿਰਕਾ ਜੀ, ਕਿਤੇ ਨਾ ਕਿਤੇ ਕਾਂਗਰਸੀ ਜੋ MP ਨੇ ਮਨੀਸ਼ ਤਿਵਾੜੀ ਜੀ, ਉਹਨਾਂ ਵੱਲੋਂ ਵੀ ਖੁਦ ਕਾਂਗਰਸ ਦੇ ਹੀ ਸਵਾਲ ਚੱਕੇ ਗਏ ਸੀ, ਕਈ ਮੰਤਰੀਆਂ ਦੇ ਨਾਮ ਲਏ ਗਏ ਨੇ, ਉਹਨੂੰ ਕਿਸ ਤਰ੍ਹਾਂ ਦੇਖਦੇ? ਨਹੀਂ, ਮੈਂ ਸਮਝਦਾ ਕਿ ਸ਼ਾਇਦ ਇਹ ਕਈ ਵਾਰੀ ਆਦਮੀ ਲੈਕ ਆਫ ਨੌਲੇਜ ਹੁੰਦਾ ਹੈ ਔਰ ਕਈ ਵਾਰੀ ਆਦਮੀ ਨੂੰ ਇਹਦੇ ਵਾਸਤੇ ਸ਼ਾਇਦ ਨਹੀਂ ਪਤਾ। ਮੇਰਾ ਖੁਦ ਦਾ ਡਿਪਾਰਟਮੈਂਟ ਹੈ ਔਰ ਮੇਰੇ ਕੋਲ ਸਾਰਾ ਰਿਕਾਰਡ ਹੈ, ਮੇਰੇ ਕੋਲ ਸਾਰੀਆਂ ਕਾਲਾਂ ਹੈ, ਮੇਰੇ ਕੋਲ ਸਾਰੀਆਂ ਲੈਟਰਾਂ ਹੈ ਔਰ ਲਗਾਤਾਰ ਮੈਂ ਉਹਨਾਂ ਦੇ ਰਾਬਤੇ ਦੇ ਵਿੱਚ ਹਾਂ ਔਰ ਬੱਚਿਆਂ ਦੇ ਰਾਬਤੇ ਦੇ ਵਿੱਚ ਹਾਂ ਮੈਂ ਰੋਜ਼ ਹੀ। ਔਰ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਇਹ ਸਾਡੀ ਜ਼ਿੰਮੇਵਾਰੀ ਹੈ, ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦੀ ਹੈ ਔਰ ਨਿਭਾਏਗੀ। ਤੁਸੀਂ ਕਹਿ ਰਹੇ ਹੋ ਕਿ ਬੱਚਿਆਂ ਦੇ ਰਾਬਤੇ 'ਚ ਵੀ ਉਹ ਬੱਚੇ ਕਿਸ ਤਰ੍ਹਾਂ ਦੀ ਪ੍ਰੋਬਲਮਾਂ ਦੱਸ ਰਹੇ, ਉਹਨਾਂ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮਾਂ ਫੇਸ ਕਰਨੀਆਂ? ਦੇਖੋ, ਬੱਚਿਆਂ ਨੇ ਤਾਂ ਹੁਣ ਪ੍ਰੋਬਲਮ ਜਿਹੜੀਆਂ ਫੇਸ ਕਰਨੀਆਂ ਕਰ ਲਈਆਂ, ਹੁਣ ਤਾਂ ਬੱਚੇ ਆਪਣੀ ਅਗਲੇ ਭਵਿੱਖ ਦੇ ਵਾਸਤੇ ਜਿਹੜੀ ਹੈ ਉਹ ਚਿੰਤਾ ਦੇ ਵਿੱਚ ਹੈ। ਉਹ ਬੱਚੇ ਚਾਹੁੰਦੇ ਹੈ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਹੁਣ ਸਾਡੀ ਅਗਲੀ ਪੜ੍ਹਾਈ ਇੱਥੇ ਕੰਪਲੀਟ ਗਵਰਨਮੈਂਟ ਕਰਾਏ ਔਰ ਕਿਉਂਕਿ ਇਹ ਮਾਮਲਾ ਪੰਜਾਬ ਸਰਕਾਰ ਤੋਂ ਇਲਾਵਾ ਇਹ ਕੇਂਦਰ ਸਰਕਾਰ ਨੇ ਤਾਂ ਫੈਸਲਾ ਲੈਣਾ, ਇਹ ਜਿਹੜਾ ਇੰਡੀਅਨ ਮੈਡੀਕਲ ਕੌਂਸਲ ਹੈ ਉਹਨੇ ਔਰ ਜਿਹੜਾ ਇੰਡੀਅਨ ਮੈਡੀਕਲ ਕਮਿਸ਼ਨ ਹੈ ਉਸਨੇ ਲੈਣਾ, ਹੈਲਥ ਡਿਪਾਰਟਮੈਂਟ ਨੇ ਲੈਣਾ ਔਰ ਇਹਦੀ ਨੀਤੀ ਗਵਰਨਮੈਂਟ ਆਫ ਇੰਡੀਆ ਨੇ ਤਿਆਰ ਕਰਨੀ ਹੈ ਔਰ ਅਸੀਂ ਕਿਹਾ ਕਿ ਜਿਹੜੀ ਵੀ ਕੋਈ ਨੀਤੀ ਤਿਆਰ ਗਵਰਨਮੈਂਟ ਆਫ ਇੰਡੀਆ ਕਰੇਗੀ ਅਸੀਂ ਉਹਨੂੰ ਅਡੋਪਟ ਕਰਾਂਗੇ, ਉਹਨਾਂ ਬੱਚਿਆਂ ਨੂੰ ਆਪਣੇ ਮੈਡੀਕਲ ਕਾਲਜਾਂ ਦੇ ਵਿੱਚ ਅਸੀਂ ਜਗ੍ਹਾ ਦੇਵਾਂਗੇ ਤਾਂ ਕਿ ਉਹਨਾਂ ਦੀ ਪੜ੍ਹਾਈ ਕੰਪਲੀਟ ਹੋ ਸਕੇ। ਇੱਕ ਬੱਚੇ ਦੀ ਡੈਥ ਵੀ ਹੋ ਗਈ ਸੀ ਪੰਜਾਬ ਦੇ, ਉਹ ਕਿਸ ਤਰ੍ਹਾਂ ਦਾ ਮਸਲਾ ਸੀ? ਬਈ, ਉਹ ਬੱਚਾ ਬਿਮਾਰ ਸੀਗਾ, ਹਸਪਤਾਲ ਦੇ ਵਿੱਚ ਪਿਛਲੇ 1 ਮਹੀਨੇ ਤੋਂ ਦਾਖਲ ਸੀਗਾ, ਲਗਾਤਾਰ ਫਰਵਰੀ ਤੋਂ ਉਹ ਦਾਖਲ ਸੀਗਾ ਔਰ ਬੱਚੇ ਦੀ ਮੈਡੀਕਲੀ ਕੰਡੀਸ਼ਨ ਠੀਕ ਨਹੀਂ ਸੀਗੀ, ਉਹਦਾ ਬਲੱਡ ਕਲੋਟ ਜਿਹੜੇ ਆ ਉਹ ਜੰਮ ਗਏ, ਉਹਦੇ ਕਰਕੇ ਉਹਦੀ ਡੈਥ ਹੋਈ ਹੈ ਔਰ ਸਾਡਾ ਸਾਰਿਆਂ ਦਾ ਹਮਦਰਦੀ ਹੈ, ਅਸੀਂ ਸਾਰੇ ਉਹਨਾਂ ਪਰਿਵਾਰ ਦੇ ਨਾਲ ਹਮਦਰਦੀ ਜ਼ਾਹਿਰ ਕਰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਸਾਰੇ ਬੱਚੇ ਸੇਫ ਘਰਾਂ ਦੇ ਵਿੱਚ ਵਾਪਸ ਆਉਣ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚੇ ਸੇਫ ਹਨ ਔਰ ਅਗਲੀ ਜ਼ਿੰਦਗੀ ਉਹ ਚੰਗੀ ਤਰ੍ਹਾਂ ਜੀ ਸਕਣ, ਉਹ ਪੜ੍ਹਾਈ ਪੂਰੀ ਕਰ ਸਕਣ, ਇਸ ਦੇ ਵਾਸਤੇ ਅਸੀਂ ਪੂਰਾ ਉਪਰਾਲਾ ਕਰਾਂਗੇ। ਚਿੱਠੀ ਲਿਖੀ ਹੈ CM ਸਾਹਿਬ ਨੇ PM ਨੂੰ, ਕੀ ਉਸਦੇ ਮੁੱਖ ਮੰਤਰੀ ਜੀ ਨੇ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਹੈ ਕਿ ਜਿਹੜੇ ਸਾਡੇ ਉਹ ਬੱਚੇ ਦੀ ਉੱਥੇ ਡੈਥ ਹੋਈ ਹੈ, ਚਾਹੇ ਉਹ ਮੈਡੀਕਲ ਕਾਰਨਾਂ ਕਰਕੇ ਹੋਈ ਹੈ ਔਰ ਉਹਨਾਂ ਦੇ ਮਾਂ ਬਾਪ ਦਾ ਇਹ ਵਿਸ਼ ਹੈ, ਇੱਛਾ ਹੈ ਕਿ ਉਹਨਾਂ ਦੇ ਬੱਚੇ ਇਹਦੇ ਵਾਸਤੇ ਅੰਤਿਮ ਦਰਸ਼ਨਾਂ ਵਾਸਤੇ ਉਹਨਾਂ ਦੀ ਬੋਡੀ ਇੱਥੇ ਮੰਗਵਾਉਣਾ ਚਾਹੁੰਦੇ ਹੈ ਔਰ ਅਸੀਂ ਇਹ ਗੱਲ ਕਹੀਏ ਕਿ ਅਗਰ ਕੇਂਦਰ ਸਰਕਾਰ ਕਹੇ ਤਾਂ ਪੰਜਾਬ ਸਰਕਾਰ ਉਹਦਾ ਖਰਚਾ ਚੁੱਕਣ ਲਈ ਤਿਆਰ ਹੈ ਔਰ ਕੇਂਦਰ ਸਰਕਾਰ ਇਹਦੇ ਵਾਸਤੇ ਫੈਸਲਾ ਲਵੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਜੀ ਦੀ ਅਪੀਲ 'ਤੇ ਪ੍ਰਧਾਨ ਮੰਤਰੀ ਜ਼ਰੂਰ ਗੌਰ ਕਰਨ। ਵਿਰਕਾ ਜੀ, ਕਿਉਂਕਿ ਦੇਖਿਆ ਜਾਵੇ ਤਾਂ ਪੰਜਾਬ ਦੇ ਬਹੁਤ ਸਾਰੇ ਬੱਚੇ ਸਟੱਡੀ ਕਰਕੇ ਬਾਹਰ ਜਾਂਦੇ ਨੇ, ਹੁਣ ਵੀ ਕਈ ਮਸਲੇ ਬਾਹਰ ਆਏ, ਪਰ ਇਸ ਮਸਲੇ ਦੇ ਕੇ ਯੂਕਰੇਨ ਵਾਲੇ ਮਸਲੇ ਦੇ ਕੇ ਉਹਨਾਂ 'ਚ ਕਿਤੇ ਨਾ ਕਿਤੇ ਡਰ ਬੈਠਦਾ ਜਾ ਰਿਹਾ, ਉਹ ਬਾਹਰ ਜਾਣ ਤੋਂ ਥੋੜ੍ਹਾ ਗੁਰੇਜ਼ ਜ਼ਰੂਰ ਕਰ ਰਹੇ ਨੇ। ਬਈ, ਮੈਂ ਤੁਹਾਨੂੰ ਇਹ ਗੱਲ ਕੀ ਕਹੀ ਹੈ, ਪਹਿਲੀ ਗੱਲ ਹੈ ਕਿ ਬੱਚਿਆਂ ਨੂੰ ਚਾਹੀਦਾ ਹੈ ਕਿ ਜਿਹੜੀ ਮੈਡੀਕਲ ਦੀ ਖਾਸ ਕਰਕੇ ਪੜ੍ਹਾਈ ਹੈ ਉਹ ਬੱਚੇ ਸ਼ਾਇਦ ਇਹ ਤਲਾਸ਼ ਕਰਦੇ ਆ ਕਿ ਜਿੱਥੇ ਟੈਸਟ ਕੋਈ ਨਾ ਹੋਵੇ ਔਰ ਜਿਸ ਜਗ੍ਹਾ ਦੇ ਉੱਪਰ ਸਾਨੂੰ ਈਜ਼ੀ ਡਿਗਰੀਆਂ ਮਿਲ ਜਾਣ, ਕਈ ਵਾਰੀ ਇਹ ਵੀ ਮਾਂ ਬਾਪ ਤਲਾਸ਼ ਕਰਦੇ ਆ। ਮੇਰਾ ਖਿਆਲ ਹੈ ਕਿ ਬੱਚਿਆਂ ਨੂੰ ਪੂਰੀ ਤਰ੍ਹਾਂ ਪੜ੍ਹਨ ਦੇਣਾ ਚਾਹੀਦਾ, ਬੱਚਿਆਂ ਨੂੰ ਤਿਆਰ ਕਰਨਾ ਚਾਹੀਦਾ, ਕਿਉਂਕਿ ਸੁਸਾਇਟੀ ਦੇ ਵਿੱਚ ਜਾ ਕੇ ਬੱਚੇ ਕਾਮਯਾਬ ਤਦ ਹੋਣਗੇ ਜੇ ਉਹ ਪੂਰੀ ਤਰ੍ਹਾਂ ਨਿਖਰ ਕੇ ਸਾਹਮਣੇ ਆਉਣ ਔਰ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਸਾਡੇ ਜਿਹੜੇ ਬੱਚੇ ਹੈ ਬੜੇ ਕਾਬਲ ਹੈ ਔਰ ਅਸੀਂ ਆਪਣੇ ਬੱਚਿਆਂ ਨੂੰ ਦੁਬਾਰਾ ਇੱਥੇ ਤਿਆਰ ਕਰਾਂਗੇ। ਇੱਕ ਲਾਸਟ 'ਤੇ ਜਾਂਦੇ ਜਾਂਦੇ ਸਵਾਲ, ਕਿਉਂਕਿ ਮੈਡੀਕਲ ਪੜ੍ਹਾਈ ਦੀ ਗੱਲ ਹੋ ਰਹੀ ਹੈ, ਇੰਡੀਆ ਵਿੱਚ ਮੈਡੀਕਲ ਪੜ੍ਹਾਈ ਦੇਖਿਆ ਤਾਂ ਬਹੁਤ ਜ਼ਿਆਦਾ ਮਹਿੰਗੀ ਹੈ, ਪਰ ਫਿਰ ਵੀ ਸਸਤੀ ਹੁੰਦੀ ਹੈ ਇਹਦੇ ਨਾਲੋਂ, ਇਸ ਵਜ੍ਹਾ ਕਰਕੇ ਵੀ ਕਿਤੇ ਨਾ ਕਿਤੇ ਬੱਚੇ ਬਾਹਰ ਦਾ ਰੁੱਖ ਅਖਤਿਆਰ ਕਰਦੇ? ਬਿਲਕੁਲ ਝੂਠ ਆ, ਇਹ ਗੱਲ ਬਿਲਕੁਲ ਝੂਠ ਆ।
कि इंडिया दे विच पढ़ाई महंगी है तो बाहर बहुत सस्ती है, बिल्कुल गलत आ। और जिन्ना बच्चों का खर्च हो रहा है उस जगह के उपर और उस हिसाब के नाल जिहड़ी पढ़ाई इंडिया दे विच है वह सस्ती है, ये गलत फहमी है। उत्थे सिर्फ ईजी मैथड वास्ते लोग अपने आप नूं ईजी डिग्री लैण वास्ते कई वारी उत्थे जांदे है। और साडी कोशिश इस गल दी है कि गवर्नमेंट ऑफ इंडिया कोई नीति तैयार कर ले ना, कोई नीति तैयार कर ले, असीं तैयार हाँ, नाल असी सहयोग देंगे पंजाब सरकार वाले जो भी नीति तैयार करन बच्चों वास्ते, अं पूरी तरह खड़े हैं। बहुत बहुत शुक्रिया। सो डॉक्टर राजकुमार वेरका वालों कहा जा रहा है कि वह बच्चों यूक्रेन तो वापस लैने कोशिश पूरी कर रहे हैं। कल चरणजीत सिंह चन्नीना जो मीटिंग हुई उसके भी इसका जिक्र किया गया, हूँ देखना है बच्चे वापस आ पाते हैं या हजे भी थोड़ा समय लगेगा, ये आने वाला समय दसेगा। चंडीगढ़ तो कैमरा परसन काजदीप के रवि जाखू।